ਪਹਿਲਾਂ ਟੈਕਸ ਦਿੰਦੇ ਸੀ 12.5% ਦਾ ਟੈਕਸ ਦਿੰਦੇ ਸੀਗੇ ਸੈਂਟਰ ਐਕਸਾਈਜ਼, ਉਹ ਸਾਰੀ ਦੀ ਸਾਰੀ ਸੈਂਟਰ ਦੇ ਜੋ ਬੜੇ ਰਨਾਊਂਡ CA ਨੇ ਉਹ ਆ ਰਹੇ ਨੇ, ਨੈਕਸਟ ਨੌਲੇਜ ਆਵੇਗੀ। ਇਸ ਕਰਕੇ ਮੈਂ DA ਸਾਹਿਬ ਤੁਹਾਨੂੰ ਕਹਾਂਗਾ ਕਿ ਜਿੰਨੇ ਆਪਣੇ ਸੈਕਟਰੀ ਨੇ ਕੋਸ਼ਿਸ਼ ਤਾਂ ਇਹ ਕਰਿਓ ਕਿ 6:00 to 3:00 ਸੇਵਾ ਕਟੋਰੀ ਜਿਹੜਾ ਉਹਦੇ ਵਿੱਚ ਜਿਵੇਂ ਤੁਹਾਡੇ ਗੁਡਸ ਟ੍ਰਾਂਸਪੋਰਟ ਜਿਹੜਾ ਤੁਸੀਂ 12% ਟੈਕਸ ਦਿਓਗੇ, 6% ਟੈਕਸ ਸਟੇਟ ਕੋਲ ਆਏਗੀ, ਜਿਹੜਾ ਪੰਜਾਬ ਦਾ ਟੈਕਸ ਹੈ ਉਹ ਇਹਦੇ ਨਾਲ ਇਨਕਰੀਜ਼ ਹੋਏਗਾ। ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਉਹਨਾਂ ਕੋਆਪਰੇਟਿਵ ਸੁਸਾਇਟੀਜ਼ ਦੇ ਸੈਕਟਰੀ ਸਾਹਿਬਾਨ ਅਤੇ ਉਹਨਾਂ ਦੇ ਮੈਂਬਰ ਸਾਹਿਬਾਨ ਉਹਨਾਂ ਦੀ ਜਾਣਕਾਰੀ ਹਿੱਤ GST ਬਾਰੇ ਅੱਜ ਸੈਮੀਨਾਰ ਗੁਰਦਾਸਪੁਰ ਦੇ ਵਿੱਚ ਲਗਾਇਆ ਗਿਆ। ਇਹ ਸੈਮੀਨਾਰ ਕੋਆਪਰੇਟਿਵ ਸੁਸਾਇਟੀ DR ਸਾਹਿਬ ਦੀ ਸਹਾਇਤਾ ਦੇ ਨਾਲ ਲਗਾਇਆ ਗਿਆ, ਜਿਨ੍ਹਾਂ ਨੇ ਕਿ ਇਹਨੂੰ ਔਰਗੇਨਾਈਜ਼ ਕੀਤਾ। ਅਤੇ ਇਹਦੇ ਵਿੱਚ ਅਸੀਂ GST ਦੇ ਨਾਲ ਸੰਬੰਧਿਤ ਜਿਹੜੀ ਜਨਰਲ ਇੰਟਰੋਡਕਸ਼ਨ ਆ ਇਹਨਾਂ ਮੈਂਬਰਾਂ ਨੂੰ ਦਿੱਤੀ।